ਗੱਲ ਤਾਂ ਵੈਸੇ ਸੈਡ ਆ ਕਿ ਆਰਟਸ ਬੰਦੇ ਕੋਲ ਇੱਕੋ ਚੀਜ਼ ਹੁੰਦੀ ਆ, ਉਹਦੀ ਆਵਾਜ਼ ਚੱਲ ਗਈ ਮੇਰੀ ਗਲਤੀ ਕਰਕੇ ਗਈ ਆ। ਪਿਛਲੇ ਟਾਈਮਾਂ ਵਿੱਚ ਸ਼ਰਾਬ ਬਹੁਤ ਪੀਤੀ, ਮੇਰੀ ਆਪਦੀ ਗਲਤੀ ਹੈ, ਪਿਛਲੀ ਗਲਤੀ ਅਤੇ ਪਰ ਹਾਲੇ ਵੀ ਕਈ ਸ਼ਰਾਰ ਨੂੰ ਲੱਗਦਾ ਕਿ ਮੈਂ ਝੂਠ ਬੋਲਦਾ, ਵੀ ਮੇਰੀ ਆਵਾਜ਼ ਖਰਾਬ ਨਹੀਂ ਹੋਈ, ਮੈਂ ਫੇਮ ਵਾਲਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ। ਦੋਸਤੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਗੈਰੀ ਸੰਧੂ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਗੈਰੀ ਸੰਧੂ ਨੇ ਇਹ ਵੀ ਕਿਹਾ ਸੀ ਕਿ ਮੇਰੀ ਆਵਾਜ਼ ਹੁਣ ਪੂਰੀ ਤਰ੍ਹਾਂ ਜਾ ਚੁੱਕੀ ਹੈ, ਪਰ ਕਈ ਫੈਨਸ ਨੇ ਇਸ ਗੱਲ ਵੱਲ ਯਕੀਨ ਨਹੀਂ ਕੀਤਾ। ਹੁਣ ਨਵਾਂ ਗੈਰੀ ਸੰਧੂ ਨੇ ਇੱਕ ਵਲੋਗ ਅਪਡੇਟ ਕੀਤਾ ਹੈ, ਜਿਸ ਵਿੱਚ ਉਸਨੇ ਪਾਇਆ ਹੈ ਕਿ ਮੇਰੀ ਆਵਾਜ਼ ਸੱਚੀ ਚਲੀ ਗਈ ਹੈ ਵਿਦ ਪਰੂਫ। ਆਓ ਵੇਖਦੇ ਹਾਂ ਉਸ ਵੀਡੀਓ ਦੇ ਵੱਲ। ਗੱਲ ਤਾਂ ਵੈਸੇ ਸੈਡ ਆ ਕਿ ਆਰਟਸ ਬੰਦੇ ਕੋਲ ਇੱਕੋ ਚੀਜ਼ ਹੁੰਦੀ ਆ, ਉਹਦੀ ਆਵਾਜ਼ ਚੱਲ ਗਈ ਮੇਰੀ ਗਲਤੀ ਕਰਕੇ ਗਈ ਆ। ਪਿਛਲੇ ਟਾਈਮਾਂ ਵਿੱਚ ਸ਼ਰਾਬ ਬਹੁਤ ਪੀਤੀ, ਮੇਰੀ ਆਪਦੀ ਗਲਤੀ ਹੈ, ਪਿਛਲੀ ਗਲਤੀ ਅਤੇ ਪਰ ਹਾਲੇ ਵੀ ਕਈ ਸ਼ਰਾਰ ਨੂੰ ਲੱਗਦਾ ਕਿ ਮੈਂ ਝੂਠ ਬੋਲਦਾ, ਵੀ ਮੇਰੀ ਆਵਾਜ਼ ਖਰਾਬ ਨਹੀਂ ਹੋਈ, ਮੈਂ ਫੇਮ ਵਾਲਾ ਮਾੜਾ ਮਾੜਾ ਸ਼ਰਾਬ ਵਾਲੇ ਤੋਂ ਬੋਲਦੇ ਤੋਂ ਉੱਪਰ ਬੋਲਦੇ ਮੈਂ ਤੁਹਾਡੇ ਕਾਲੀਆਂ ਗੱਡੀਆਂ ਕਾਲੇ ਕੱਪੜੇ ਚਿੱਟੇ ਦਿਲ ਨੇ ਯਾਰਾਂ ਦੇ ਪੱਕੀ ਕਣਕ ਦੇ ਰੰਗ ਜੱਟਾਂ ਦੇ।